ਲਓ ਦੋਸਤੋ, ਹੁਣ ਆਪਾਂ ਚੱਲੇ ਹੈਗੇ ਹਾਂ ਕਾਮਰੂ ਪਿੰਡ ਦੀ ਟਰੈਕਿੰਗ 'ਤੇ। ਅਤੇ ਆਹ ਤੁਸੀਂ ਦੇਖ ਸਕਦੇ ਹੋ ਕਿੱਡਾ ਵੱਡਾ ਦਰੱਖਤ ਹੈ, ਇਹ ਅਖਰੋਟਾਂ ਦਾ ਹੈ। ਲਹਿਰੀ ਸਾਹਿਬ ਆਹ ਵੀ ਦਿਖਾਓ, ਇੱਕ ਕੱਚਾ ਤੋੜਿਆ ਸੀਗਾ ਅਖਰੋਟ, ਅਤੇ ਆਹ ਬਾਹਰੋਂ ਹਰਾ ਸ਼ੈਲ, ਅਤੇ ਵਿਚਾਲੋ ਚਿੱਟਾ ਪੋਰਸ਼ਨ ਜਿਹੜਾ ਹੈ, ਇਹ ਫਿਰ ਜਦੋਂ ਬਾਹਲਾ ਸੁੱਕ ਗਿਆ ਤਿਆਰ ਹੋ ਜਾਣਾ। ਅਤੇ ਇਹ ਅਖਰੋਟ ਉਹ ਸਾਹਮਣੇ ਸੇਬਾਂ ਦੇ ਬਾਗ, ਅਤੇ ਆਪਾਂ ਟਰੈਕਿੰਗ ਕਰ ਰਹੇ ਹਾਂ ਕਾਮਰੂ ਪਿੰਡ ਵੱਲ ਨੂੰ। ਅਤੇ ਅੱਜ ਤੁਹਾਨੂੰ ਦਿਖਾਵਾਂਗੇ ਕਾਮਰੂ ਪਿੰਡ ਵੀ, ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਚੋਟੀ ਦੇ ਉੱਪਰ, ਉੱਥੇ ਜਾਣਾ ਹੈਗਾ ਆਪਾਂ। ਹਾਥੀ ਪੀਲੇ ਹੋ ਗਏ ਦੋਸਤੋ, ਆਪਾਂ ਉੱਥੇ ਸਾਹਮਣੇ ਜੇ ਉਚਾਈ 'ਤੇ ਤੁਸੀਂ ਦੇਖ ਰਹੇ ਹੋ, ਉੱਥੇ ਜਾਣਾ। ਵੈਸੇ ਤਾਂ ਇਹ ਸਾਰਾ ਜਿੱਥੇ ਆਪਾਂ ਜਾ ਰਹੇ ਹਾਂ, ਇਹ ਸਾਰਾ ਰਕਬਾ ਵੀ ਹੈਗਾ, ਇਹ ਕਾਮਰੂ ਪਿੰਡ ਦਾ ਹੀ ਹੈਗਾ, ਪਰ ਆਪਾਂ ਬਿਲਕੁਲ ਟੌਪ 'ਤੇ ਜਾਣਾ ਹੈਗਾ। ਉੱਥੇ ਦੇ ਇੱਥੋਂ ਦੇ ਜਿਹੜੇ ਨੌਜਵਾਨ ਆਪਾਂ ਨੂੰ ਮਿਲੇ ਸੀਗੇ ਖਿਡਾਰੀ, ਤਾਂ ਉਹ ਇਨਵਾਈਟ ਕਰਕੇ ਗਏ ਸੀਗੇ, ਤਾਂ ਆਪਾਂ ਚੱਲ ਕੇ ਆਉਂਦੇ ਹਾਂ ਬਿਲਕੁਲ ਟੌਪ 'ਤੇ ਕਾਮਰੂ ਪਿੰਡ ਦੇ। ਕੈਸੇ ਹੋ ਬਾਈ? ਉੱਥੇ ਆਰਤੀ ਹੋ ਰਹੀ ਹੈ ਉੱਪਰ ਬਿਲਕੁਲ ਟੌਪ 'ਤੇ, ਜਿਹੜਾ ਮਾਂ ਕਮਾਖਿਆ ਦਾ ਮੰਦਰ ਹੈਗਾ। ਅਤੇ ਇੱਥੇ ਹੁਣ ਐਡਵੈਂਚਰ ਸਟਾਰਟਸ ਨਾਓ। ਜੇ ਪੱਥਰ ਮਾੜਾ ਜਿਹਾ ਹਿੱਲ ਗਿਆ ਤੇ ਗਏ ਪਾਣੀ ਦੇ ਵਿੱਚ, ਸਮਝ ਲਓ। ਲਓ ਜੀ, ਹੋ ਗਿਆ ਪਾਣੀ ਪਾਰ। ਇਹ ਦੋਨੇ ਪਾਸੇ ਸੇਬਾਂ ਦੇ ਬਾਗ ਹੈ, ਵਿੱਚ ਵਿੱਚ ਅਖਰੋਟਾਂ ਦੇ, ਆ ਜਿਹੜੇ ਵੱਡੇ ਦਰਖਤ ਦੇਖ ਸਕਦੇ ਹੋ, ਇਹ ਅਖਰੋਟਾਂ ਦੇ ਹੈ। ਬੜਾ ਆਨੰਦ ਆ ਰਿਹਾ ਦੋਸਤ, ਕੁਦਰਤੀ ਗੋਦ ਦੇ ਵਿੱਚ ਜਾ ਰਹੇ ਹਾਂ, ਸੇਬਾਂ ਦੇ ਬਾਗਾਂ ਦੇ ਵਿੱਚ, ਅਖਰੋਟਾਂ ਦੇ ਬਾਗਾਂ ਦੇ ਵਿੱਚ, ਬਦਾਮਾਂ ਦੇ ਬਾਗਾਂ ਦੇ ਵਿੱਚ ਦੀ ਹੁੰਦੇ ਹੋਏ। ਇਹ ਮੰਦਿਰ ਕੀ ਤਰਫ ਚਲਾ ਜਾਏਗਾ ਰਸਤੇ? ਥੈਂਕ ਯੂ। ਤਾਂ ਇਹ ਹੈ ਦੋਸਤੋ ਕਾਮਰੂ ਪਿੰਡ ਦੀਆਂ ਗਲੀਆਂ, ਅਤੇ ਘਰ ਤੁਸੀਂ ਦੇਖ ਸਕਦੇ ਹੋ, ਜਿਹੜੇ ਨਵੇਂ ਘਰ ਨੇ ਉਹਨਾਂ 'ਤੇ ਟੀਨ ਪਾਏ ਹੋਏ ਨੇ, ਅਤੇ ਪੁਰਾਣਿਆਂ ਦੇ ਉੱਤੇ ਪੱਥਰ, ਔਰ ਰੰਗ ਬਿਰੰਗੇ ਜਿਹੜੇ ਟੀਨ ਹੈ, ਅਤੇ ਬਹੁਤ ਸੋਹਣਾ ਬਣ ਰਿਹਾ ਇਹਦੇ ਨਾਲ ਸੀਨ।
ਕਿੰਨੀ ਹਰਿਆਲੀ ਦੇ ਵਿੱਚ ਵਸਿਆ ਹੋਇਆ ਪਿੰਡ ਹੈਗਾ। ਅੱਛਾ, ਇੱਥੇ ਹੋਟਲ ਵੀ ਬਣਿਆ ਹੋਇਆ। ਨਵੀਂ ਬਿਲਕੁਲ ਫੁੱਟ ਪੈ ਗਈ ਇਹਨੂੰ। ਇੱਕ ਗੱਲ ਹੋਰ ਵੀ, ਇੱਥੋਂ ਪਤਾ ਨੀ ਕਿੰਨੇ ਸਾਲ ਪੁਰਾਣਾ ਹੋਊਗਾ ਇੱਥੋਂ ਪਠਾਣੇ ਸਾਹਿਬ। ਜੇ ਕਹਿੰਦੇ ਕੁਛ ਵੀ ਨਾ ਰਹੇ ਤਾਂ ਵੀ ਉਮੀਦ ਰਹਿਣੀ ਚਾਹੀਦੀ, ਉਮੀਦ ਫੁੱਟੇ ਦੀ ਤੇ ਸੋਚ ਹਮੇਸ਼ਾ ਸਕਾਰਾਤਮਕ ਰੱਖੋ, ਹੈ ਨਾ। ਬਿਲਕੁਲ ਸਹੀ। ਸਕੂਲ ਆ ਗਿਆ। ਹਾਂਜੀ, ਰਾਜਕੀਯ ਮਾਧਿਅਮ ਪਾਠਸ਼ਾਲਾ ਕਾਮਰੂ ਹਿਮਾਚਲ ਪ੍ਰਦੇਸ਼। ਸਕੂਲ ਆ ਗਿਆ ਜੀ ਇੱਥੋਂ। ਦੇਖੋ ਜੀ, ਲਾਈਟ ਸਾਹਿਬ ਹੋਟਲ ਦਿਖਾਉਂਦੇ। ਹਾਂਜੀ, 1962 ਦਾ ਬਣਿਆ ਹੋਇਆ ਦੇਖੋ। ਅੱਛਾ, 1962 ਦਾ ਸਕੂਲ ਜਿਹੜਾ ਹੈ, ਨਿਰਮਾਣ 1962 ਦੇ ਵਿੱਚ ਹੋਇਆ ਵੇ ਦੇਖੋ, ਕਿੰਨਾ ਪੁਰਾਣਾ ਸਕੂਲ ਹੈ। ਤੇ ਪਤਾ ਨਹੀਂ ਕਿੰਨੇ ਬੱਚੇ ਜਿਹੜੇ ਨੇ ਇੱਥੋਂ ਨਿਕਲ ਨਿਕਲ ਕੇ ਉੱਚੇ ਅਹੁਦਿਆਂ ਤੱਕ ਪਹੁੰਚ ਗਏ ਹੋਣੇ। ਬਿਲਕੁਲ। ਆ ਦੋਸਤੋ, ਗੇਟ ਬਣਿਆ ਹੋਇਆ ਬਦਰੀ ਵਿਸ਼ਾਲ ਮੰਦਰ ਦਾ, ਕਾਮਰੂਪ ਪਿੰਡ ਦੇ ਵਿੱਚ। ਚੜ੍ਹਾਈ ਵੀ ਕਾਫੀ ਹੈਗੀ ਹੈ। ਸੇਬਾਂ ਦੇ ਬਾਗ, ਚੜ੍ਹਾਈ ਕਾਫੀ ਆ ਗਈ ਦੋਸਤੋ। ਹੈ ਚੜ੍ਹਾਈ ਹਾਂ, ਕਾਫੀ ਆ ਗਈ। ਹਾਈਟ ਤੇ ਬਹੁਤ ਆ ਗਏ, ਉਹ ਦੇਖੋ ਕਿੰਨਾ ਥੱਲੇ ਰਹਿ ਗਿਆ। ਪੁੱਛੋ, ਮੰਦਿਰ ਇਸ ਤਰ੍ਹਾਂ ਹੈ ਜੀ? ਇਹ ਦੋਸਤੋ ਲੱਕੜ ਦਾ ਬਣਾਇਆ ਹੋਇਆ ਸਟੋਰ ਹੈ, ਅਤੇ ਆਹ ਲੱਕੜਾਂ ਸੰਭਾਲ ਕੇ ਰੱਖੀਆਂ ਨੇ।
ਕਿਉਂਕਿ ਇਹ ਜਦੋਂ ਸਨੋਫਾਲ ਹੁੰਦੀ ਹੈ ਉਦੋਂ ਘੱਟ ਜਾਂਦਾ ਦੂਜੇ ਇਲਾਕਿਆਂ ਦੇ ਨਾਲੋਂ। ਇਸ ਲਈ ਲੱਕੜਾਂ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਦੇ ਆ। ਦੋ ਦਿਨ ਨਹੀਂ ਖਤਮ। ਸ਼੍ਰੀ ਬਦਰੀ ਵਿਸ਼ਾਲ ਮੰਦਰ ਆ ਗਿਆ। ਆ ਜਾਓ ਪਠਾਣੇ ਸਾਹਿਬ, ਪਿੱਛੇ ਰਹੀ ਆ ਜਾਓ, ਫਾਸਟ ਏਡ ਲੈਣ ਲੱਗ ਗਏ। ਆਪਣਾ ਰਾਜੀ ਸਾਹਿਬ ਕੱਲ ਰਹਿ ਗਿਆ ਸੀਗਾ। ਬਿਲਕੁਲ ਜੀ ਬਿਲਕੁਲ, ਤੇ ਅੱਜ ਆਪਾਂ ਇਸ ਮੰਦਰ ਚ ਵੀ ਦਰਸ਼ਨ ਕਰਾਂਗੇ। ਮੇਰੇ ਖਿਆਲ ਚ ਆਪਣੇ ਚੜ੍ਹਾਈ ਚੜ੍ਹਦੇ ਚੜ੍ਹਦੇ ਆਰਤੀ ਵੀ ਹੋ ਗਈ ਸੀ। ਹਾਂ, ਪੜ੍ਹ ਲਓ ਕੀ ਲਿਖਿਆ।
ਹੈ।